आप वर्क लावांगे, बर्फी तो ठंडी हो गई है हुण। ਸਤਿਕਾਰ ਜੀ ਸਾਰਿਆਂ ਨੂੰ। ਅੱਜ ਆਪਾਂ ਖੋਆ ਬਣਾਉਣ ਲੱਗੇ ਹਾਂ ਅਤੇ ਇੱਧਰਲੇ ਪਾਸੇ ਚੁੱਲ੍ਹਾ ਵੱਡਾ ਸੀਗਾ, ਇਹ ਇੱਧਰਲੇ ਪਾਸੇ ਬਣਿਆ ਹੋਇਆ ਪਿਛਲੇ ਪਾਸੇ ਸਾਡੇ, ਅਤੇ ਆਪਾਂ ਵੱਡੇ ਚੁੱਲ੍ਹੇ 'ਤੇ ਬਣਾਵਾਂਗੇ ਖੋਆ। ਪੰਦਰਾਂ ਕਿਲੋ ਦੁੱਧ ਹੈਗਾ, ਇਹ ਕਿਸੇ ਤੋਂ ਮੰਗਾਇਆ ਹੋਇਆ ਦੋਧੀ ਤੋਂ। ਆਪਾਂ 7 ਕਿਲੋ ਦੁੱਧ ਪਾ ਤਾ ਅਤੇ 8 ਕਿਲੋ ਬਾਕੀ ਹੈ, ਉਹ ਫਿਰ ਪਾਵਾਂਗੇ ਕਿਉਂਕਿ ਕੜਾਹੀ ਛੋਟੀ ਹੈ, ਉੱਤੋਂ ਦੀ ਫਿਰ ਉਛਲ ਨਾ ਜਾਵੇ। ਉਹ ਬਾਅਦ 'ਚ ਪਾਵਾਂਗੇ ਜੋ ਨੀਵਾਂ ਹੋ ਗਿਆ ਦੁੱਧ ਵੀ ਕੱਢ ਗਿਆ, ਜਦੋਂ ਬਾਅਦ 'ਚ ਪਾਵਾਂਗੇ। ਹੌਲੀ ਹੌਲੀ ਗਰਮ ਹੋਊਗਾ ਅਤੇ ਫਿਰ ਆਪਾਂ ਵੇਖੇ ਨਾ ਵੀ ਖੁਰਚਣਾ ਮਾਰਾਂਗੇ। 15-20 ਮਿੰਟ ਹੋ ਗਏ ਰੱਖੇ ਨੂੰ, ਹੁਣ ਦੁੱਧ ਗਰਮ ਹੋਈ ਜਾਂਦਾ ਹੈਗਾ ਅਤੇ ਹਜੇ ਵਾਲਾ ਤਾਂ ਨਹੀਂ ਆਇਆ, ਵਾਲਾ ਹੌਲੀ ਹੌਲੀ ਆਊ ਅਤੇ ਦੁੱਧ ਵੱਧਦਾ ਹੈ ਨਾ। ਅਤੇ ਬਾਕੀ ਦਾ ਆਪਾਂ ਫਿਰ ਬਾਅਦ 'ਚ ਪਾਵਾਂਗੇ, ਜੋ ਜਮਾਂ ਨੀਵਾਂ ਹੋ ਗਿਆ, ਕੱਢ ਗਿਆ ਦੁੱਧ, ਖੋਆ ਬਣ ਗਿਆ ਅੱਧਾ। ਦੁੱਧ ਕੱਢ ਕੇ ਹੁਣ ਨੀਵਾਂ ਹੋ ਗਿਆ, ਹੁਣ ਆਪਾਂ ਜਿਹੜਾ ਦੁੱਧ ਹੋਰ ਹੈ ਉਹ ਪਾਉਣੇ ਆ। ਥੋੜ੍ਹਾ ਥੋੜ੍ਹਾ ਥੱਲੇ ਲੱਗਿਆ ਪੱਤੇ ਜਿਹੇ ਲਾਲ ਜਿਹੇ ਜਿਹੜੇ ਹੈਗੇ ਹੈ, ਵੀ ਖੁਰਚਣਾ ਮਾਰਦੇ ਮਾਰਦਿਆਂ ਥੱਲੇ ਵੀ ਲੱਗ ਗਿਆ ਹੈਗਾ, ਮੱਛਾ ਜਿਹੜਾ ਥੱਲੇ ਉਹ, ਅਤੇ ਉਹ ਥੋੜ੍ਹੇ ਥੋੜ੍ਹੇ ਪੱਤੇ ਜਿਹੇ ਦਿਸਦੇ ਆ। ਹੁਣ ਕੜਾਹੀ ਜ਼ਿਆਦਾ ਭਰ ਗਈ ਹੈ, ਹੁਣ ਆਪਾਂ ਇਹਨੂੰ ਹਿਸਾਬ ਨਾਲ ਹੌਲੀ 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 ਹਿਲਾਵਾਂਗੇ, ਜੇ ਜ਼ਿਆਦਾ ਹਿਲਾਵਾਂਗੇ ਤਾਂ ਬਾਹਰ ਡੁੱਲੂਗਾ। 15 ਕਿਲੋ ਦੁੱਧ ਸੀਗਾ, ਖੋਆ ਹੁਣ ਬਣ ਗਿਆ, ਬਣੀ ਜਾਂਦਾ, ਅੱਧਾ ਘੰਟਾ ਹੋਰ ਲੱਗੂਗਾ। ਆਪਾਂ ਥੋੜ੍ਹਾ ਜਿਹਾ ਹੋਰ ਵੇਖੀ ਤਾਂ ਅੱਧੇ ਘੰਟੇ ਨੂੰ ਖੰਡ ਪਾਵਾਂਗੇ ਇਹ 'ਚ। 4.5 ਘੰਟੇ ਹੋ ਗਏ ਸਰ ਇਹਨੂੰ, ਅਤੇ ਅੱਗ ਪੂਰੀ ਤੇਜ਼ ਰੱਖੀ ਸੀ ਤਾਂ ਕਰਕੇ ਵੀ ਬਣ ਗਿਆ, ਅਤੇ ਅੱਧਾ ਘੰਟਾ ਹਜੇ ਹੋਰ ਲੱਗੂਗਾ, ਹਜੇ ਖੰਡ ਪਾਉਣੀ ਹੈ ਵਿੱਚ ਆਪਾਂ। ਫਿਰ ਆਪਾਂ ਪਾ ਕੇ ਉਹਦੇ ਥਾਲੀ 'ਚ ਅਤੇ ਆਪਾਂ ਫਿਰ ਟਿੱਕੀਆਂ ਬਣਾਵਾਂਗੇ। ਹੁਣ ਅੱਧਾ ਘੰਟਾ ਹੋ ਗਿਆ, ਕਰੜਾ ਹੋ ਗਿਆ, ਅਤੇ ਆਪਾਂ ਵੇਖੇ ਨਾ ਵੀ ਖੰਡ ਪਾਵਾਂਗੇ, ਫਿਰ ਜਦੋਂ ਕਰੜਾ ਕਰੜਾ ਹੋ ਗਿਆ ਫਿਰ ਆਪਾਂ ਲਾਵਾਂਗੇ। 1 ਕਿਲੋ ਖੰਡ ਪਾ ਦਿੱਤੀ, ਚੰਗੀ ਤਰ੍ਹਾਂ ਕਰੜਾ ਹੋ ਗਿਆ ਫਿਰ ਆਪਾਂ ਲਾਵਾਂਗੇ। ਜੇ ਖੰਡ ਪਾਈ ਤਾਂ ਵੀ ਥੋੜ੍ਹਾ ਜਿਹਾ ਖੰਡ ਪਾਣੀ ਛੱਡ ਦਿੰਦੀ ਹੈ। ਦੀਵਾਲੀ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਲੱਛਮੀ ਦੀਵਾਲੀ ਹੈ, ਸਾਰਿਆਂ ਨੂੰ ਵਧਾਈਆਂ। ਖੋਆ ਬਣ ਗਿਆ, ਹੁਣ ਆਪਾਂ ਇਹਨੂੰ ਲਾਵਾਂਗੇ। ਕੜਾ ਬਹੁਤ ਹੋ ਗਿਆ, ਹੁਣ ਮੈਂ ਲਾਉਣ ਲੱਗੀ ਹਾਂ, ਲਾ ਕੇ ਆਪਾਂ ਅੰਦਰ ਹੀ ਲੈ ਕੇ ਜਾਵਾਂਗੇ ਇਹਨੂੰ। ਹੁਣ ਆਪਾਂ ਥਾਲੀਆਂ 'ਚ ਕੱਢਾਂਗੇ, ਥੋੜ੍ਹਾ ਥੋੜ੍ਹਾ ਪਹਿਲਾਂ ਥੱਲੇ ਤੇਲ ਲਾਵਾਂਗੇ, ਪੱਕਾ ਤੇਲ ਹੈ ਇਹ।
ਚੌਲਾਂ ਚ ਪਾਵਾਂਗੇ। गर्म है, आप सारा पा लिया खोआ। हम आप इन पद्धर करके ना पद्धर करांगे, फिर हजे खुरचने लगता है, दूजे खुरचने नाल थोड़ा जा तेल ला के फिर ओहदे नाल पद्धर करूंगे, फिर ये खिलार दिया माड़ा जा पद्धर करके फिर आप ठंडा करांगे। आप ठंडा करके फिर ये टिक्कियां कढ़ांगे। पद्धर हो गया, इवें ही आप आह कर लांगे सारा पद्धर करके फिर आप ठंडा करांगे इनू। आप वर्क लावांगे, बर्फी तो ठंडी हो गई है हुण, इस तरह आप इन्हों ते ला दें सारे ते। आप वर्क ला ले तिना ते हूँ आप टिक्कियां बनावांगे। पटाके पैने सदियां शुरू हो गए, बर्फी बन गई अपनी वधिया। सब यही थाली कढ़ांगे, बाकी बाद च कढ़ांगे, तो लेट भी बहुत हो गई है, दिवाली का दिन है तो मेरे काम होर भी बहुत पए है। बर्फी अपनी तैयार हो गई बन के, बहुत बढ़िया बर्फी बनी हैगी, खोए दी मेरे खोए दी है। साड़ी वीडियो पसंद लगी लाइक करो, शेयर करो, चैनल को सब्सक्राइब करो।